ਯਾ ਯਾ ਡੱਬਾ ਲੈ ਗਿਆ ਉੱਥੇ ਬਾਬਿਆਂ ਨੇ ਮੱਥਾ ਲਿਓ ਨਾ ਕੋਈ ਨਾ ਆ ਕੇ ਕਰ ਲਿਓ ਸਰਦਾਰ ਜੀ ਆਪਨੇ ਨਵੀਂ ਗਾੜੀ ਲਈ ਹੈ ਆਪਕੋ ਭਲਾ ਕਰੇ ਆਪਕੋ ਭਗਵਾਨ ਬਤੇਗਾ ਚਲੋ ਚਲੋ ਗੱਡੀ ਤੇ ਚਿੱਟਣਾ ਪੋ ਚਲੋ ਚਿੱਟਾ ਪਾ ਦੇਣੇ ਤਾਂ ਗੱਡੀ ਤੇ ਅਜੇ ਤਾਂ ਬਾਬਿਆਂ ਨੇ ਵੀ ਨਹੀਂ ਗਿਆ ਪਹਿਲੇ ਮੰਗਣਾ ਖੜਦੇ ਨੇ ਉਹ ਇੰਨਾ ਟਾਈਮ ਲਾਇਆ ਤੂੰ ਕਿੱਥੇ ਵਗ ਗਿਆ ਤੀ ਆ ਜਲਦੀ ਆ ਜਾ ਚੱਲੀਏ ਭੀੜੇ ਬਹੁਤ ਸੀ ਯਾਰ ਉੱਥੇ ਚੱਲ ਜਲਦੀ ਚੱਲ ਬਾਬਿਆਂ ਦੇ ਬੋਲੋ ਬਾਬਾ ਜੀ ਦੀ ਬੋਲੋ ਬਾਬਾ ਜੀ ਦੀ ਓਏ ਉੱਧਰ ਦੇਖ ਅੱਜ ਉਹ ਸਰਦਾਰ ਫੇਰ ਆਇਆ ਭਗਤੋ ਬਾਬਾ ਜੀ ਹੁਣ ਸਮਾਧੀ ਤੋਂ ਉੱਠਣ ਵਾਲੀ ਨੇ ਕੁਝ ਹੀ ਪਲਾਂ ਦੇ ਵਿੱਚ ਬਾਬਾ ਜੀ ਆਪਣੀਆਂ ਅੱਖਾਂ ਖੋਲਣਗੇ ਬੋਲੋ ਬਾਬਾ ਜੀ ਦੀ ਬੋਲੋ ਬਾਬਾ ਜੀ ਦੀ ਆਓ ਭਗਤੋ ਆਓ ਮੈਨੂੰ ਪਤਾ ਸੀ ਤੁਸੀਂ ਆਓਗੇ ਯਾਰ ਬਾਬੇ ਨੂੰ ਕਿਵੇਂ ਪਤਾ ਰਹਿੰਦਾ ਯਾਰ ਸਿੱਧੀ ਜੀ ਗੱਲ ਆ ਇੱਥੇ ਤਿੰਨ ਤਰ੍ਹਾਂ ਦੇ ਬੰਦੇ ਆਉਂਦੇ ਨੇ ਪਹਿਲੇ ਜਿਹੜੇ ਉਦਾਸ ਹੁੰਦੇ ਨੇ ਉਹ ਮੂੰਹ ਲਟਕਾ ਕੇ ਆਉਂਦੇ ਨੇ ਜਿਹੜੇ ਖੁਸ਼ੀ ਖੁਸ਼ ਹੁੰਦੇ ਨੇ ਉਹ ਖੁਸ਼ੀ ਨਾਲ ਆਉਂਦੇ ਨੇ ਤੀਜੇ ਆਪਣੇ ਵਰਗੇ ਵਿਹਲੇ ਜਿਹੜੇ ਟਾਈਮ ਪਾਸ ਕਰਨ ਵੀ ਆ ਜਾਂਦੇ ਨੇ ਪਾਪਾ ਜੀ ਪੈਰੀ ਪੈਣੇ ਆ ਕਿਵੇਂ ਆਉਣੇ ਹੋਏ ਗੱਡੀ ਲਿਆਂਦੀ ਪਾਪਾ ਜੀ ਨਵੀਂ ਤੁਹਾਡੀ ਕਿਰਪਾ ਨਾਲ ਲੈ ਕੇ ਆਇਆ ਠੀਕ ਆ ਭਾਜਾ ਠੀਕ ਹੈ ਆ ਭੇਟਾ ਸੀ ਕੁਛ ਬੱਚਾ ਬਾਬੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਚਰਨ ਪਾਓ ਉਹ ਬੱਚਾ ਚਰਨ ਪਾਉਣ ਦੀ ਲੋੜ ਨਹੀਂ ਆ ਇੱਕ ਤਵੀਤ ਕਰਕੇ ਦਿੰਦੇ ਆ ਤੈਨੂੰ ਬੱਚਾ ਸਤ ਵਚਨ ਬਾਬਾ ਜੀ ਇਸ ਤਵੀਤ ਨੂੰ ਹਰ ਵੇਲੇ ਆਪਣੀ ਗੱਡੀ ਦੇ ਵਿੱਚ ਰੱਖੀ ਸਤ ਵਚਨ ਬਾਬਾ ਜੀ ਤੂੰ ਤੇ ਤੇਰੀ ਗੱਡੀ ਸਦਾ ਸਲਾਮਤ ਰਹੂਗੀ ਸਤ ਵਚਨ ਬਾਬਾ ਜੀ ਤੇਰੀ ਗੱਡੀ ਨੂੰ ਕਦੇ ਝਰੀਟ ਤੱਕ ਨਹੀਂ ਆਊਗੀ ਸਤ ਵਚਨ ਬਾਬਾ ਜੀ ਹਮੇਸ਼ਾ ਇਸ ਤਬੀਤ ਨੂੰ ਆਪਣੀ ਗੱਡੀ ਦੇ ਵਿੱਚ ਰੱਖਣਾ ਤੂੰ ਸਤ ਵਚਨ ਬਾਬਾ ਜੀ ਆਨੰਦ ਦਰਮੇ ਜਦੋਂ ਸੋਇ ਬਾਬਾ ਐ ਬੱਚਾ ਇਹ ਤਬੀਤ ਆਪਦੀ ਗੱਡੀ ਵਿੱਚ ਰੱਖੀ ਤੁਹਾਡੀ ਕਿਰਪਾ ਬਾਬਾ ਜੀ ਕਿਰਪਾ ਤਾਂ ਸਭ ਉਸ ਉੱਪਰ ਵਾਲੇ ਦੀ ਆ ਬੱਚਾ ਚੰਗਾ ਬਾਬਾ ਜੀ ਇਜਾਜ਼ਤ ਦਿਓ ਅਰੇ ਇਹ ਲੋਕ ਨਹੀਂ ਸੁਧਰਦੇ ਇਹਨਾਂ ਦਾ ਕੋਈ ਪੁੱਤ ਭਾਲਦਾ ਕੋਈ ਭਾਲਦਾ ਗੱਡੀਆਂ ਫਿਰ ਅਸਲ ਬਾਬੇ ਕਿਹੜੇ ਨੇ ਅਸਲ ਬਾਬੇ ਜੀ ਬਾਬਾ ਨਾਨਕ ਬਾਬਾ ਫਰੀਦ ਬਾਬਾ ਰਵਿਦਾਸ ਇਹ ਕਿਹੜੇ ਬਾਬੇ ਨੇ ਇਹ ਤੈਨੂੰ ਪਤਾ ਹੀ ਆ ਦੇਖਿਆ ਕਿੰਨੀ ਕਰਾਮਾਤ ਆ ਬਾਬੇ ਚ ਹਰ ਸ਼ੁੱਕਰਵਾਰ ਇੱਥੇ ਇਕੱਠ ਹੁੰਦਾ ਤੂੰ ਵੀ ਆਇਆ ਕਰ ਉਰੇ ਬਈ ਕਰਾਮਾਤਾਂ ਦਾ ਜਾਦੂਗਰ ਤੇ ਮਦਾਰੀ ਵੀ ਕਰ ਲੈਂਦੇ ਨੇ ਪਰ ਲੋਕ ਉਹਨਾਂ ਦੀਆਂ ਗੱਲਾਂ ਨੀ ਦੇਖਦੇ ਵੀਰੇ ਕਿਉਂਕਿ ਉਹ ਦੱਸ ਦਿੰਦੇ ਨੇ ਕਿ ਕਰਾਮਾਤਾਂ ਸਿਰਫ ਹੱਥ ਦੀ ਸਫਾਈ ਹੁੰਦੀਆਂ ਨੇ ਪਰ ਲੋਕਾਂ ਨੂੰ ਸਮਝ ਆ ਹੀ ਕੁਛ ਆਉਂਦਾ ਉਹ ਯਾਰ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਇਹ ਗੱਲਾਂ ਵੀਰੇ ਸਹੀ ਨੇ ਇੰਨੀ ਕਰਾਮਾਤ ਵਾਲਾ ਬਾਬਾ ਤੂੰ ਤਾਂ ਹੱਦ ਕਰਦਾ ਇਹ ਬਾਈ ਤੈਨੂੰ ਯਕੀਨ ਆ ਨਾ ਤੈਨੂੰ ਤਾਂ ਲੱਗ ਰਿਹਾ ਵੀ ਉਹ ਕਰਾਮਾਤ ਵਾਲਾ ਆਹ ਆਦੇ ਗੱਡੀ ਬਾਬੇ ਦੀ ਕਿਰਪਾ ਨਾਲ ਹੀ ਆਈ ਆ ਆਪਣੇ ਕੋਲੇ ਇਹ ਨਹੀਂ ਬਾਈ ਇਹ ਤੇਰਾ ਮਨ ਖੜਾ ਉਹ ਬਾਬੇ ਤੇ ਮੈਨੂੰ ਤਾਂ ਲੱਗਦਾ ਤੇਰਾ ਆ ਬਾਬਾ ਜੀ ਪਹਿਲਾਂ ਸਕੂਲਾਂ 'ਚ ਜਾਦੂ ਜੂਦੂ ਦਿਖਾਉਂਦਾ ਲੱਗਦਾ ਹੋਣਾ ਵਾਟਰ ਆਫ ਇੰਡੀਆ ਐਵੇਂ ਨਾ ਬੋਲੀ ਤੁਰਿਆ ਚੱਲ ਬਾਬਾ ਜੀ ਦੀ ਫੁੱਲ ਕਿਰਪਾ
बाबा जी माफ करो मेरे दोस्त नू। जय हो जय हो जय हो बाबियां दी, जय हो जय हो। चलो चलो गाड़ी पे चिटकना को चलो। बाबे ने इतनी देर गाड़ी रखा था की करने सी, अजी तक जानो भी चले सी, शायद उस गरीबी कुड़ी दी दुआवां ही विचार गईयां।